ਜਲੰਧਰ ਸ਼ਹਿਰ ਵਿੱਚ ਮੋਟਰਸਾਈਕਲ ਸਵਾਰ ਤਿੰਨ ਲੁਟੇਰਿਆਂ ਨੇ ਇੱਕ ਮਹਿਲਾ ਤੋਂ ਪਰਸ ਅਤੇ ਮੋਬਾਈਲ ਲੁੱਟ ਲਿਆ। ਲੁਟੇਰਿਆਂ ਨੇ ਹਥਿਆਰ ਦੀ ਨੋਕ ਤੇ ਲੁੱਟ ਦੀ ਇਸ ਘਟਨਾ ਨੂੰ ਅੰਜਾਮ ਦਿੱਤਾ। ਜਲੰਧਰ ਵਿੱਚ ਅਮਿਤਾ ਮਿੱਤਲ ਨਾਮੀ ਮਹਿਲਾ ਨੇ ਦੱਸਿਆ ਕਿ ਮੋਟਰਸਾਈਕਲ ਸਵਾਰ ਤਿੰਨ ਨੌਜਵਾਨ ਉਸ ਦੇ ਕੰਨ ਪੱਟੀ ਤੇ ਬੰਦੂਕ ਰੱਖ ਕੇ ਉਸ ਤੋਂ ਪਰਸ ਅਤੇ ਮੋਬਾਈਲ ਖੋਹ ਕੇ ਫਰਾਰ ਹੋ ਗਏ। ਪੀੜਿਤ ਮਹਿਲਾ ਦਾ ਕਹਿਣਾ ਸੀ ਕਿ ਲੁਟੇਰਿਆਂ ਨੇ ਉਸ ਤੋਂ ਲੋਹੇ ਤੇ ਰਾਡਾਂ ਨਾਲ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਸੀ, ਪਰ ਉਸ ਨੇ ਕਿਹਾ ਕਿ ਜੋ ਲੈ ਕੇ ਜਾਣਾ ਹੈ ਲੈ ਜਾਓ ਪਰ ਮਾਰੋ ਨਾ। ਲੁਟੇਰਿਆਂ ਨੇ ਇਸ ਔਰਤ ਦੀ ਐਕਟਿਵਾ ਲਿਜਾਣ ਦਾ ਯਤਨ ਵੀ ਕੀਤਾ, ਪਰ ਗਲੀ ਵਿੱਚ ਰੌਲਾ ਪੈਣ ਕਾਰਨ ਉਹ ਸਕੂਟੀ ਨੂੰ ਛੱਡ ਕੇ ਭੱਜ ਗਏ। वो कहता पर्स उतार दो, मैंने पर्स उतार के दे दिया। उसी वक्त तो वो दूसरा ना उसकी इंडिया के सिर पे रॉड मारने लगा, तो मैंने कहा नहीं आप किसी को कुछ मत कहो, जो चाहिए ले जाओ। फिर वो आगे राशन लगा हुआ था, उसने वो चेक किया, फिर कहता डिक्की खोल दो, डिक्की खोली, डिक्की के कागज़ खोलो, तो उन्होंने उतार दिए, बस जल्दी से फिर लेके भाग। पुलिस जाँच अधिकारी राजवंत कौर ने दसिया कि अणपछाते लुटेरिया विरुद्ध परचा दर्ज करके उन्होंने भाल शुरू कर दी है। असीं मौके ते पहुंचे जिथे सानूं पता लग्या कि अमिता मित्तल ਜਿਨ੍ਹਾਂ ਦਾ ਨਾਮ ਹੈ ਉਹ ਆਪਣੀ ਸ਼ੋਪ ਬੰਦ ਕਰਕੇ ਆਪਣੇ ਘਰ ਜਾ ਰਹੇ ਸੀ। ਘਰ ਦੇ ਬਾਹਰ ਜਦੋਂ ਉਹਨਾਂ ਨੇ ਆਪਣੀ ਐਕਟਿਵਾ ਰੋਕੀ ਤਾਂ ਪਿੱਛੋਂ ਤਿੰਨ ਮੋਟਰਸਾਈਕਲ ਸਵਾਰ ਆਏ ਜਿਨ੍ਹਾਂ ਨੇ ਮੂੰਹ ਸਿਰ ਬੰਨਿਆ ਹੋਇਆ ਸੀ, ਔਰ ਅਣਪਛਾਤੇ ਵਿਅਕਤੀ ਪਾਏ ਗਏ ਹਨ ਜਿਨ੍ਹਾਂ ਦਾ ਹਜੇ ਕੋਈ ਪਹਿਚਾਣ ਨਹੀਂ ਹੋਈ। ਉਹਨਾਂ ਨੇ ਆਪਣੀ ਗਨ ਪੁਆਇੰਟ ਜਾਂ ਗਨ ਵਰਗੀ ਕੋਈ ਚੀਜ਼ ਜਿਹਦੇ ਨਾਲ ਉਹਨਾਂ ਨੂੰ ਪੁਆਇੰਟ ਆਊਟ ਕੀਤਾ ਅਤੇ ਉਹਨਾਂ ਤੋਂ ਉਹਨਾਂ ਦਾ ਪਰਸ ਖੋਇਆ ਜਿਹਦੇ 'ਚ 500 ਰੁਪਇਆ ਸੀ ਅਤੇ ਇੱਕ ਚਿੱਟੇ ਰੰਗ ਦਾ ਸੈਮਸੰਗ ਮੋਬਾਈਲ ਸੀਗਾ। ਮੈਡਮ ਟੋਟਲ ਕਿੰਨੇ ਜਣੇ ਸੀਗੇ ਜੀ? ਟੋਟਲ 3 ਜਣੇ ਸੀ। ਮੈਮ ਉਹ ਲੇਡੀਜ਼ ਕਿੱਥੋਂ ਆ ਰਹੇ ਸੀ ਅਤੇ ਕੀ ਉਹਨਾਂ ਦਾ ਕਾਰੋਬਾਰ ਆ? ਮਿੱਤਲ ਗਾਰਮੈਂਟ ਅਡਾਰੀ ਬਾਜ਼ਾਰ ਜੀ, ਉਹਨਾਂ ਦਾ ਕਾਰੋਬਾਰ ਆ, ਉਹਨਾਂ ਦੀ ਸ਼ੋਪ ਹੈ ਮਿੱਤਲ ਗਾਰਮੈਂਟ ਸੀ ਅਡਾਰੀ ਬਾਜ਼ਾਰ ਵਿੱਚ। ਉਹ ਉੱਥੋਂ ਆਪਣੀ ਸ਼ੋਪ ਬੰਦ ਕਰਕੇ ਆਪਣੇ ਘਰ ਵਾਪਸ ਆ ਰਹੇ ਸੀ। ਮੈਮ ਉਹਨਾਂ ਨੇ ਕਿਸੇ ਦੇ ਸ਼ੱਕ ਵੀ ਜ਼ਾਹਿਰ ਕੀਤਾ? ਅਜੇ ਤੱਕ ਸਾਡੀ ਤਫਤੀਸ਼ ਜਾਰੀ ਹੈ, ਜਿੱਦਾਂ ਹੀ ਕੁਝ ਪਤਾ ਲੱਗੂ। ਜਲੰਧਰ ਤੋਂ ਪਰਮਜੀਤ ਸਿੰਘ ਦੀ ਰਿਪੋਰਟ।